ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ, ਕਿਵੇਂ ਹੋ ਸਾਰੇ? ਅਤੇ ਅੱਜ ਮੀਂਹ ਪੈ ਕੇ ਸਵੇਰੇ ਹਟ ਗਿਆ ਜੀ, ਅਤੇ ਆਪਣੇ ਇੱਧਰ ਕੱਪੜੇ ਕੁੱਪੜੇ ਧੋਤੇ ਪਏ ਨੇ। ਮੈਂ ਆਪਣਾ ਦੁਪੱਟਾ ਲੈਣ ਜਾਂਦੀ ਹਾਂ, ਦੁਪੱਟਾ ਲਾ ਕੇ ਲਿਆਉਂਦੀ ਹਾਂ। ਅਤੇ ਆਪਾਂ ਦੁਪਹਿਰ ਦਾ ਟਾਈਮ ਹੋ ਪਿਆ, ਸਬਜ਼ੀ ਦੀ ਤਿਆਰੀ ਕਰਦੇ ਹਾਂ। ਕਾਲੇ ਛੋਲੇ ਉਬਾਲ ਜੀ ਨੇ, ਸਲਾਹ ਨਹੀਂ ਸੀ ਕੱਪੜੇ ਜੇ ਧੋਣ ਦੀ। ਜੱਸੀ ਕਹਿੰਦੀ ਇਹਦੀ ਕੁਛ ਨਹੀਂ ਹੁੰਦਾ, ਪਾ ਦਿਓ ਮਸ਼ੀਨ 'ਚ, ਆਪੇ ਸੁੱਕ ਜਾਣਗੇ। ਪਾਣੀ ਜਾ ਉਹਨੇ ਕੱਢਤਾ। ਚਲੋ ਜੀ, ਉਬਲ ਕੇ ਛੋਲੇ ਆਪਣੇ ਕਿਹੜੇ ਹੱਥ 'ਚ ਆ ਵੀ ਅਸੀਂ ਰੱਖੂਗਾ। ਜੱਸੀ ਕਹਿੰਦੇ ਅਸੀਂ ਰੱਖੇ ਠੰਡ ਰਹੇ। ਲਓ ਜੀ ਆਪਾਂ ਸਬਜ਼ੀ ਬਣਾ ਦਈਏ। ਕੱਲ੍ਹ ਕਿੰਨਾ ਗੁੰਮ ਸੀ, ਬਾਹਲਾ ਮਰਨ ਵਾਲਾ ਹਾਲ ਸੀ। ਤਰੀਕ ਹੋ ਗਈ ਹੈ ਜੀ ਅੱਜ 4 ਜੁਲਾਈ। ਅੱਜ ਮੈਂ ਦੁਬਾਰਾ ਫਿਰ ਵਲੌਗ ਕਰ ਸ਼ੁਰੂ ਕਰ ਲਿਖਦੀ ਹਾਂ। ਤੂੰ ਪਤਾ ਮੇਰੇ ਕੋਲ ਕੋਈ ਵੀ ਐਕਸਟਰਾ ਵਲੌਗ ਨਹੀਂ ਸੀ। ਜਦੋਂ ਫਿਰ ਤੁਸੀਂ ਕਹਿ ਦਿੰਦੇ ਹੋ ਨਾ, ਉਸ ਦਿਨ ਮੈਂ ਵਲੌਗ ਪਾਉਂਦੀ ਹਾਂ। ਸ਼ਾਮ ਨੂੰ ਜਿਹੜੀ ਉਹਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਜੀ ਨੈੱਟ ਦੀ। ਫਿਰ ਤੁਸੀਂ ਕਹਿੰਦੇ ਜੀ ਬਹੁਤ ਜ਼ਿਆਦਾ ਲੇਟ ਕਰਤਾ, ਅਸੀਂ ਉਡੀਕੀ ਜਾਂਦੇ ਸੀ, ਅਸੀਂ ਸੌਂ ਜਾਂਦੇ ਹਾਂ। ਜਿਵੇਂ ਸਵੇਰ ਨੂੰ ਪਾਉਂਦੇ ਹੋ, ਫਿਰ ਤੁਸੀਂ ਕਹਿੰਦੇ ਜੀ ਤੁਹਾਡਾ ਵਲੌਗ ਦਾ ਟਾਈਮ ਗਲਤ ਹੈ, ਉਸੇ ਟਾਈਮ 7-8 ਵਜੇ ਪਾਇਆ ਕਰੋ। ਇਸ ਕਰਕੇ ਮੈਂ ਐਕਸਟਰਾ ਇੱਕ ਰੱਖਿਆ ਕਰੂੰ ਵਲੌਗ। ਕਈ ਵਾਰੀ ਇੰਨੇ ਬਿਜ਼ੀ ਹੁੰਦੇ ਆ ਜੀ, ਬਣਦਾ ਹੀ ਨਹੀਂ। ਲਓ ਜੀ ਆਪਾਂ ਬਣਾਵਾਂਗੇ ਕਾਲੇ ਛੋਲੇ। ਕੜਾਹੀ ਰੱਖ ਕੇ ਅਸੀਂ ਤੇਲ ਪਾਉਂਦੇ ਹਾਂ। ਇੱਧਰ ਆਪਣੇ ਛੋਲਿਆਂ ਨੂੰ ਆ ਗਿਆ ਜੀ, ਕਾਲੀ ਚੈੱਕ ਕਰ ਲੈਂਦੇ ਹਾਂ ਆਪਾਂ। ਠੰਡਾ 'ਚ ਤਾਂ ਕਾਲੇ ਛੋਲੇ ਬਣਾਵਾਂਗੇ, ਯਾਰ ਮੈਨੂੰ ਕਾਲੇ ਨਾਲ ਗੁੰਜੀ ਕਰਦਾ। ਖੁੱਲ੍ਹੇ ਯਾਰ, ਤੇਲ ਆਪਣਾ ਹੋ ਗਿਆ ਗਰਮ ਲੱਗਿਆ, ਉਹ ਤੜਕੇ ਵੀ ਆ ਗਿਆ ਸੀ। ਫਿਰ ਉਹ ਉਸ ਤਰ੍ਹਾਂ ਹੋਇਆ, ਕੋਈ ਹੈ ਤਾਂ ਹੈ, ਮੁੜ ਗਿਆ। ਹਰੀ ਮਿਰਚੀ ਪਾਈ ਅੱਛਾ ਬਾਪੂ ਨਾ ਪਾਈ, ਬਾਪੂ ਤੇ ਮੈਂ ਉਹਨਾਂ ਨਾਲ ਪਾਈਏ ਨਾ 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 ਪਾਓ ਵੀ ਹਰੀ ਕਾਲੀ ਪਾ ਲਾਂਗੇ ਥੋੜ੍ਹੀ ਜਿਹੀ, ਜੇ ਲੱਗੀ ਲੋੜ ਫਿਰ ਪਾ। ਪੇਸਟ ਹੋਮ ਮਸਾਲਾ ਜੱਸੀ ਨੇ ਬਣਾਇਆ, ਬਸ ਪਾ ਕੇ ਖਾਈਏ। ਸਬਜ਼ੀ ਇਕੱਲਿਆਂ ਦੀ ਬਣਾਵਾਂਗੇ, ਝਲ ਨਹੀਂ ਪਾਉਂਦੇ ਹੁੰਦੇ। ਤਾਂ ਬੜਾ ਖੱਪ ਖਾਨਾ ਪਾਉਂਦੀ ਹੈ ਜੇ, ਹੈ ਨਾ। ਬੰਦਾ ਏ ਚਿਮਨੀ ਲਾ ਕੇ ਰਸੋਈ 'ਚ ਕੰਮ ਕਰਦਾ ਹੋਵੇ, ਬਾਹਰੋਂ ਕੋਈ ਕਿੰਨੀਆਂ ਮਰਜ਼ੀ ਆਵਾਜ਼ਾਂ ਮਰ ਜਾਵੇ, ਜੋ ਵੀ ਨਹੀਂ ਸੁਣਦੀਆਂ। ਜੇ ਕੋਈ ਚਿਮਨੀ ਹੋਈ ਬਿਨਾਂ ਆਵਾਜ਼ ਦੀ ਤਾਂ ਤੁਸੀਂ ਦੱਸਿਓ। ਹੋਰ ਹੋਈ ਜੇ ਚਿਮਨੀ ਲਵਾਉਂਗੀ ਮੈਂ, ਤਾਂ ਪੂਰਾ ਖਿਆਲ ਰੱਖੂੰਗੀ ਵੀ ਚਿਮਨੀ ਰੌਲਾ ਨਾ ਪਾਉਂਦੀ ਹੋਵੇ ਜ਼ਿਆਦਾ। ਹੁਣ ਬੰਦਾ ਕੋਈ ਆਵਾਜ਼ ਮਾਰੀ ਜਾਂਦਾ ਬਾਹਰ, ਚਿਮਨੀ ਲੱਗੀ ਪਈ, ਉਹ ਕੁਛ ਵੀ ਨਹੀਂ ਸੁਣਦਾ। ਬਬਲੀ ਮੀਂਹ ਤਾਂ 9 ਵਜੇ ਹਟ ਗਿਆ ਸੀ। ਅੱਛਾ, ਮਹਾ ਕਿਤੇ ਮੀਂਹ ਤੋਂ ਡਰਦੇ ਬਾਗੇ, ਮਿਸਤਰੀ ਵੀ ਹੋਈ ਨਹੀਂ ਆਇਆ ਅੱਜ ਤਾਂ, ਇੰਨਾ ਸੋਹਣਾ ਮੌਸਮ ਸੀ। ਕੀ ਟਾਈਮ ਹੋ ਗਿਆ ਹੁਣ?
ਦੋ ਵੱਜ ਗਏ ਹੋਰ ਕੰਮ ਸ਼ੁਰੂ ਕਰ ਲੈਂਦੇ ਹੁਣ ਤਾਂ ਮੌਸਮ ਠੰਡਾ ਅਜੇ ਤਾਂ ਕੀ ਕਰਾਉਣਾ ਸੀ ਸੁਵਿਧਾ ਕੇਂਦਰ ਚ ਅੱਛਾ ਉਹ ਵਜ਼ੀਫੇ ਵਾਲੇ ਹੁੰਦੇ ਨੇ ਨੰਬਰਦਾਰ ਦੀ ਮੋਹਰ ਲੱਗਦੀ ਹੁੰਦੀ ਦੱਸੀ ਕਹਿੰਦੀ ਮੈਂ ਲਾ ਕਾਲੀ ਲਾਲ ਮਿਰਚਾਂ ਹਰੀਆਂ ਮਿਰਚਾਂ ਜੋ ਬਹੁਤ ਪਾ ਦੀਆਂ ਆਪਾਂ ਥੋੜ੍ਹੀ ਜਿਹੀ ਕਾਲੀ ਕਰ ਲਈ ਆ ਜੇ ਘੱਟ ਵੱਧ ਲੱਗੀ ਫਿਰ ਪਾ ਦਈਏ ਲਾਲ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਕਾਲੀ ਮਿਰਚ ਦੀ ਅਸੀਂ ਨਾ ਇਹ 'ਚ ਆਲੂ ਨਹੀਂ ਪਾਉਂਦੇ ਹੈਗੇ ਇਕੱਲੇ ਵਧੀਆ ਲੱਗਦੇ ਮੈਨੂੰ ਕਾਬਲੀ ਛੋਲਿਆਂ ਤੁਸੀਂ ਆਲੂ ਪਾ ਲੈਣਾ ਉਹ ਵੀ ਬਹੁਤ ਘੱਟ ਅਤੇ ਮੈਨੂੰ ਕਰਕੇ ਟਮਾਟਰ ਅਤੇ ਆਲੂ ਮੈਨੂੰ ਘੱਟ ਵਧੀਆ ਲੱਗਦੇ ਕਾਲੇ ਛੋਲੇ ਇਕੱਲੇ ਵਧੀਆ ਲੱਗਦੇ ਅਤੇ ਆਵਾਂ ਤਾਂ ਪੂਰਾ ਲਸਣ ਅਤੇ ਅਦਰਕ ਪਾ ਕੇ ਬਣਾਉਣੇ ਆ ਗਰਮੀ 'ਚ ਮੇਰੇ ਘਰ ਨਾਲ ਨਹੀਂ ਲਸਣ ਅਦਰਕ ਖਾਣਾ ਹੁੰਦਾ ਕਹਿੰਦਾ ਗਰਮੀ ਦਾ ਪਹਿਲੇ ਨਹੀਂ ਵਧੀਆ ਸਾਡਾ ਬਾਹਲਾ ਚੱਲਦਾ ਕੜਾਹੀਆਂ ਵੀ ਚੱਲਦੀਆਂ ਸਬਜ਼ੀ ਆਪਣੀ ਪੱਕਦੀ ਰਹੂਗੀ 10 ਮਿੰਟ ਨੂੰ ਢੱਕ ਕੇ ਪੱਕਣ ਦੇਣੀ ਹੈ ਕਸੂਰੀ ਮੇਥੀ ਆਪਣੇ ਕੋਲ ਹੈ ਨਹੀਂ ਖਤਮ ਕਿਹਾ ਹੈਗੀ ਮਾੜੀ ਮੋਟੀ ਡੱਬੀ ਜਿਹੜੀ ਅਸੀਂ ਲਿਆਂਦੀ ਨਹੀਂ ਸੀ ਜਿਹੜੀ ਲੈਂਟਰ ਵੇਲੇ ਦੀ ਬਚੀ ਪਈ ਸੀ ਉਹ ਵੀ ਵਰਤ ਰਹੀ ਸੀ ਮੁੜ ਕੇ ਆ ਜਾਂਦੀ ਹੈਗੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੁਬਾਰਾ ਸਤਿ ਸ਼੍ਰੀ ਅਕਾਲ ਮੈਂ ਤਾਂ ਬੁਲਾ ਦਿੰਦੀ ਹਾਂ ਜੀ ਕਿਉਂਕਿ ਨਵਾਂ ਦਿਨ ਸ਼ੁਰੂ ਹੋਇਆ ਹੁੰਦਾ ਹੈ ਨਾ ਜਦੋਂ ਨਵਾਂ ਦਿਨ ਚੜ੍ਹਦਾ ਨਵੀਆਂ ਉਮੀਦਾਂ ਨਵੀਆਂ ਉਮੰਗਾਂ ਲੈ ਕੇ ਚੜ੍ਹਦਾ ਅਤੇ ਵਾਹਿਗੁਰੂ ਜੀ ਦਾ ਸ਼ੁਕਰ ਕਰਦੇ ਹੋਏ ਵੀ ਪਰਮਾਤਮਾ ਨੇ ਇੱਕ ਦਿਨ ਆਪਾਂ ਨੂੰ ਹੋਰ ਬਖਸ਼ਿਆ ਹੈਗਾ ਵੀ ਆਪਾਂ ਆਪਣੀ ਜ਼ਿੰਦਗੀ ਦੇ ਕੰਮ ਕਰ ਸਕੀਏ ਅਤੇ ਨਾਲ ਨਾਲ ਜਦੋਂ ਪਰਮਾਤਮਾ ਦਿਨ ਦਿੰਦਾ ਤਾਂ ਉਹਦੇ ਵਿੱਚ ਪਰਮਾਤਮਾ ਵਾ ਦਾ ਹੈ ਨਾ ਧੰਨਵਾਦ ਕਰਨ ਵਾਸਤੇ ਜਾਂ ਵਾਹਿਗੁਰੂ ਦਾ ਨਾਮ ਲੈਣ ਵਾਸਤੇ ਵੀ ਕੁਛ ਘੜੀਆਂ ਹੁੰਦੀਆਂ ਨੇ ਅਤੇ ਕੁਛ ਚੰਗੇ ਕੰਮ ਕਰਨ ਵਾਸਤੇ ਵੀ ਕੁਛ ਘੜੀਆਂ ਉਹਦੇ ਵਿੱਚ ਐਡ ਹੁੰਦੀਆਂ ਨੇ ਵੀ ਆਪਾਂ ਕੁਛ ਨਾ ਕੁਛ ਕਿਸੇ ਦੀ ਜੀ ਆਪਾਂ ਹੈਲਪ ਕਰ ਸਕਦੇ ਹੋਈਏ ਵਾਹਿਗੁਰੂ ਦਾ ਨਾਮ ਲੈ ਸਕੀ ਹੋਏ ਚਲੋ ਘਰ ਦੇ ਕੰਮ ਤਾਂ ਆਪਾਂ ਸਾਰੇ ਕਰਦੇ ਹਾਂ ਹੈ ਨਾ ਸਾਰੀ ਉਮਰ ਹੀ ਕਰਨੇ ਨੇ ਅਤੇ ਪਰ ਕਹਿੰਦੇ ਹੁੰਦੇ ਨੇ ਬਿਨਾਂ ਕਰਮਾਂ ਤੋਂ ਜੀ ਨਾ ਤਾਂ ਪਰਮਾਤਮਾ ਦਾ ਨਾਮ ਲਿਆ ਜਾਂਦਾ ਜਿਹਦੇ ਕਰਮ ਸਿੱਧੇ ਨੇ ਪਰਮਾਤਮਾ ਦਾ ਨਾਮ ਵੀ ਉਹੀ ਲੈਂਦਾ ਚਲੋ ਜਿੰਨਾ ਵੀ ਵਾਹਿਗੁਰੂ ਟਾਈਮ ਬਕਸ ਦਾ 5 ਮਿੰਟ 10 ਮਿੰਟ ਵਾਹਿਗੁਰੂ ਦਾ ਹੈ ਨਾ ਜੇ ਕੁਛ ਹੋਰ ਨਹੀਂ ਬਸ ਸ਼ੁਕਰ ਅਦਾ ਜ਼ਰੂਰ ਕਰ ਲੈਂਦੇ ਹਾਂ ਵੀ ਪਰਮਾਤਮਾ ਸੋਹਣੀ ਜ਼ਿੰਦਗੀ ਦਿੱਤੀ ਹੈ ਸੋਹਣੀ ਇੱਜ਼ਤ ਦੀ ਰੋਟੀ ਖਾਂਦੇ ਹਾਂ ਵਧੀਆ ਸਾਰਾ ਕੁਛ ਠੀਕ ਹੈ ਸੋਹਣੀ ਪਰਮਾਤਮਾ ਨੇ ਛੱਤ ਦਿੱਤੀ ਹੈ ਸੋਹਣਾ ਖਾਣਾ ਪੀਣਾ
ਹੈ ਨਾ, ਮਨ 'ਚ ਆਉਂਦਾ ਪਹਿਨਣਾ, ਮਨ 'ਚ ਆਉਂਦਾ ਮਨ 'ਚ ਜਿਹੜਾ ਮਨਪਸੰਦ ਦਾ ਖਾਣਾ ਵਧੀਆ ਸਾਰਾ ਕੁਛ ਪਰਮਾਤਮਾ ਨੇ ਦਿੱਤਾ। ਅਤੇ ਟਾਈਮ ਹੋ ਗਿਆ ਜੀ, ਅਗਲੇ ਦਿਨ ਦੇ 12:15 ਵੱਜ ਗਏ ਜੀ। ਅਤੇ ਜੱਸੀ ਅੱਜ ਛੁੱਟੀ 'ਤੇ, ਕੱਲ੍ਹ ਕਿਸੇ ਮੈਂ ਜੱਸੀ ਦੀ ਕੰਪਲੇਂਟ ਕਰਦੀ, ਮੈਂ ਜੱਸੀ ਨੇ ਮਲਾਈ ਉਹਦੇ ਵਿੱਚ ਉਹ ਕਰਤੀ ਮਿਕਸ ਕਰਤੀ, ਕਿਸੇ ਭੈਣ ਦਾ ਕਮੈਂਟ ਕਰਦਾ ਕਹਿੰਦਾ ਜੱਸੀ ਦੀ ਕੰਪਲੇਂਟ ਨਾ ਕਰੋ, ਕਹਿੰਦੇ ਜੱਸੀ ਨੇ ਨਾ ਆਈ ਸਾਨੂੰ ਔਖਾ ਬਹੁਤ ਹੋ ਜਾਣਾ। ਕੱਲ੍ਹ ਜੱਸੀ ਕਹਿੰਦੀ ਮੈਂ ਆਉਂਦੀ ਨਹੀਂ, ਮੈਂ ਆਖਿਆ ਅਸੀਂ ਕਹਿੰਦਾ ਵੀ ਚੱਲ ਠੀਕ ਹੈ ਨਾ ਆਊ ਹੈ ਨਾ, ਮੈਂ ਚੱਲ ਮੀਂਹ ਕਰਕੇ ਨਹੀਂ ਆਉਂਦੀ ਹੋਣੀ। ਮੈਂ ਵੀ ਮਨਵੀਰ ਨੂੰ ਕਿਹਾ, ਮੈਂ ਮਨਵੀਰ ਅੱਜ ਮਿਸਤਰੀਆਂ ਨੇ ਵੀ ਆਉਣਾ, ਚੱਲ ਕੀ ਕੰਮ ਹੈ ਆਪਾਂ ਨਾ ਕਰ ਲਵਾਂਗੇ, ਮਨਵੀਰ ਦੀ ਵੀ ਛੁੱਟੀ ਹੋਈ ਸੀ। ਫਿਰ ਜੱਸੀ ਆ ਗਈ, ਮੈਂ ਕਿਹਾ ਜੱਸੀ ਚਾਹੇ ਅੱਜ ਦਾ ਤੂੰ ਨਾ ਹੀ ਆਉਂਦੀ, ਅੱਜ ਦਾ ਚੱਲ ਕੋਈ ਕੰਮ ਵੀ ਨਹੀਂ ਸੀ, ਮੈਂ ਅਤੇ ਮਨਵੀਰ ਹੈਗੇ ਸੀ, ਅੱਜ ਕੰਮ ਹੈਗਾ ਸੀ, ਅੱਜ ਜੱਸੀ ਆਈ ਨਹੀਂ। ਹੁਣ ਮੈਨੂੰ ਲੱਗਦਾ ਉਹ ਕੱਲ੍ਹ ਨੂੰ ਵੀ ਨਹੀਂ ਆਉਂਦੀ, ਉਹਨੂੰ ਮੈਂ ਕਹਿਣਾ ਸੀ ਸੰਡੇ ਨੂੰ ਕਿਸੇ ਪਾਸੇ ਜਾਣਾ ਸੀ, ਭਾਈ ਸੰਡੇ ਨੂੰ ਨਾ ਛੁੱਟੀ ਮਾਰ ਜੀ। ਇੱਧਰ ਮੇਰੇ ਸੂਟ ਬਣ ਕੇ ਆਏ ਨੇ, ਅਤੇ ਬਿਨਾਂ ਲਾਈਨਿੰਗ ਤੋਂ ਸੂਟ ਬਣਦੇ ਨੇ, ਇਹਦੇ ਨਾਲ ਦੇ ਮੇਰੇ ਕੋਲ ਹੈਗੇ ਨੇ ਸੂਟ, ਜੇ ਤੁਹਾਨੂੰ ਲੋੜ ਹੋਈ ਲੈ ਲਿਓ, ਕਿ ਮੈਂ ਆਹ ਸਿਲਾਈ ਕਰਾਏ। ਪਤਾ ਹੈ ਕੀ ਗੱਲ ਹੋਈ ਪਈ ਹੈ ਜੀ, ਉਹ ਹੋ ਰਿਹਾ ਗਾ ਗਰਮੀ ਦੇ ਨਾਲ ਨਾ, ਜਮੀ ਕੋਈ ਮੋਟਾ ਜਿਹਾ ਕੱਪੜਾ ਜਮੀ ਨਹੀਂ ਪੈਂਦਾ ਹੈਗਾ, ਬਹੁਤ ਬੁਰਾ ਹਾਲ ਹੈ। ਆਹ ਕਸੇ ਪਿੱਟੇ ਜੀ ਮੇਰੇ ਕੋਲ ਘੱਟ ਨੇਗੇ ਬਿਨਾਂ ਲਾਈਨਿੰਗ ਵਾਲੇ, ਮੇਰੇ ਕੋਲ ਕੱਪੜੇ ਘੱਟ ਨੇ, ਲਾਈਨਿੰਗਾਂ ਜੀ ਵਾਲੇ ਵਾਲੇ ਨੇ, 2-3 ਸੂਟ ਹੋ ਜਾਂਦੇ ਨੇ। ਨਾਲੇ ਹੁਣ ਤਾਂ ਇੱਕ ਹੋਰ ਵੀ ਵਧਿਆ ਕਰੂਗਾ, ਜਦੋਂ ਮੱਛਰਦਾਨੀ ਲੱਗ ਗਈ ਹੈ ਨਾ, ਮੱਛਰ ਹੈ ਨਾ ਹੋ ਜੂਗਾ, ਹੁਣ ਮੱਛਰਦਾਨੀ ਲਾਉਂਦੇ ਹਾਂਗੇ, ਫਿਰ ਹੋਰ ਜ਼ਿਆਦਾ ਕੱਪੜੇ ਚਾਹੀਦੇ ਨੇ। ਗਰਮੀ ਉਹੀ ਆਈ ਜਾਂਦੀ, ਪਤਾ ਨਹੀਂ ਕਿਹੋ ਜਿਹੀ ਗਰਮੀ ਆ, ਗਰਮੀ ਉਹੀ ਆਈ ਜਾਂਦੀ ਹੈਗੀ। ਆਥਣੇ ਕੱਪੜੇ ਕੁੱਪੜੇ ਹੈ ਨਾ ਬਦਲ ਕੇ ਮਾੜਾ ਮੋਟਾ, ਊਂ ਜੀ ਸਾਡੇ ਸ਼ਾਮ ਨੂੰ ਕੰਮ ਘੱਟ ਹੁੰਦਾ, ਸਵੇਰੇ ਬਾਹਲਾ ਗਿੱਚ ਪਿੱਛ ਹੁੰਦਾ, ਪਸੀਨੇ ਨਾਲ ਭਿੱਜ ਜਾਂਦੇ ਆ, ਸ਼ਾਮ ਨੂੰ ਕੰਮ ਘੱਟ ਹੁੰਦਾ ਜੀ। ਜੇ ਕਈ ਵਾਰੀ ਆਪਣੇ ਲੇਬਰ ਵਾਲਾ ਕੰਮ ਕਰਦਾ ਹੁੰਦਾ, ਸੰਨੀ ਉਹੀ ਕਰ ਦਿੰਦਾ ਸੀ, ਮੈਂ ਸਨਵਾ ਦਿੰਦੇ, ਬਸ ਗੋਹਾ ਚੱਕ ਦਿੰਦੇ ਹੈਗੇ। ਕਈ ਵਾਰੀ ਗੋਹਾ ਵੀ ਮੈਂ ਥੋੜ੍ਹੀ ਨਾ ਕਾਫੀ ਪਿੱਛੇ ਇੱਧਰ ਨੂੰ ਬਾਹਰੇ ਇਕੱਠਾ ਕਰ ਦਿੰਦੀ ਹਾਂ ਖੁੱਲ੍ਹੀਆਂ ਤੋਂ, ਵੀ ਹੁਣ ਨਾ ਸਮੈਲ ਜੀ ਨਾ ਆਉਣ ਲੱਗ ਜੇ, ਸਵੇਰੇ ਵੱਧ ਉਹ ਹੁੰਦਾ ਹੈਗਾ ਕੰਮ ਹੁੰਦਾ ਹੈਗਾ। ਹੁਣ ਤਾਂ ਮੱਛਰਦਾਨੀ ਲਾਵਾਂਗੀ, ਹੁਣ ਤਾਂ ਆਥਣੇ ਵੀ ਪੂਰਾ ਕੰਮ ਹੋਇਆ ਕਰੂਗਾ, ਕਿਉਂਕਿ ਸਾਰਾ ਮੱਛਰਦਾਨੀ ਡਿੱਗਣ ਤੋਂ ਪਹਿਲਾਂ ਸਾਰਾ ਸੰਭਰ ਕੇ ਚੰਗੀ ਤਰ੍ਹਾਂ ਸਿੱਟਣਾ ਪਿਆ ਕਰੂਗਾ, ਆਪਾਂ ਐਨੀ ਵੀ ਪਿੱਛੇ ਕੱਢ ਕੇ ਰੱਖ ਦਾਂਗੇ, ਫਿਰ ਮੱਛਰਦਾਨੀ ਗੋਹੇ 'ਚ ਲਿਬੜ ਜਾਂਦੀ ਹੈ। ਕੱਲ੍ਹ ਦੀਆਂ ਮੱਝਾਂ ਲੱਗ ਗਈਆਂ ਤੜਫਣ 'ਚ, ਹੁਣ ਗੋਹਾ ਲਕੜਿਆ ਪਿਆ ਸੀ, ਮੱਛਰਦਾਨੀ ਲਾਉਣੀ ਪਊਗੀ। ਮੈਂ ਵੀਡੀਓ ਬਣਾਉਣ ਦਾ ਕਰਦੇ ਹਾਂ, ਕੱਲ੍ਹ ਕੋਈ ਵੀਡੀਓ ਪੂਰੀ ਨਹੀਂ ਬਣਾਈ, ਕੱਲ੍ਹ ਵੀ ਕੰਮਾਂ ਜਿਹਾ 'ਚ ਦਿਨ ਲੰਘ ਗਿਆ। ਅੱਜ ਮੈਂ ਇੱਕ ਮੈਸੇਜ ਅਪਲਾਈ ਕਰੇ ਨੇ, ਇੱਕ ਟੇਲਰਾਂ ਨੂੰ ਫੋਨ ਕਰੇ ਨੇ, ਪਤਾ ਨਹੀਂ ਕੀ ਮੇਰੇ ਨਾ ਕਈ ਸੂਟ ਰੁਲ ਜੇ ਗਏ, ਮੈਨੂੰ ਐਂ ਡਿਪਰੈਸ਼ਨ 'ਚ ਹੋ ਜਾਂਦਾ ਵੀ ਮੇਰਾ ਕੋਈ ਸੂਟ ਨਹੀਂ ਲੱਭਦਾ, ਕੁਛ ਆਏ ਨਹੀਂ ਹੁੰਦਾ, ਜਾਂ ਮੇਰੇ ਸਿਰ ਦੇ ਉੱਤੋਂ ਦੀ ਕੰਮ ਹੋ ਜੇ, ਫਿਰ ਐਵੇਂ ਜਿਹੇ ਹੋਣ ਲੱਗ ਜਾਂਦਾ। ਜਦੋਂ ਮੈਨੂੰ ਐਵੇਂ ਲੱਗਦਾ ਹੁੰਦਾ, ਫਿਰ ਉਹਦੇ ਬਾਅਦ ਕੁਛ ਨਹੀਂ ਕਰਦੀ, ਜਾਂ ਤਾਂ ਮੈਂ ਬਾਹਰ ਜਾ ਕੇ ਬਹਿ ਜਾਂਦੀ ਹੁੰਦੀ ਹਾਂ, ਪਹੀ 'ਤੇ ਹੈ ਨਾ ਕੁਛ ਨਾ ਕੁਛ ਦੇਖ ਲਈਦਾ, ਜਾਂ ਫਿਰ ਮੈਂ ਕੈਮਰਾ ਲਾ ਕੇ ਬਈ ਵਲੌਗ ਸ਼ੁਰੂ ਕਰ ਦਿੰਦੀ ਹੁੰਦੀ ਹਾਂ, ਮੈਨੂੰ ਥੋੜ੍ਹਾ ਜਿਹਾ ਕੁਛ ਨਾ ਕੁਛ ਵਧੀਆ ਲੱਗੇ। ਜਿਵੇਂ ਨਾ ਕਾਫੀ ਵਿਊਰਸ ਕਹਿੰਦੇ ਨੇ ਨਹੀਂ, ਜਦੋਂ ਅਸੀਂ ਉਹ ਕਰਦੇ ਹਾਂ ਵੀ ਤੁਸੀਂ ਸਾਨੂੰ ਕੋਈ ਚੀਜ਼ ਹੈ ਨਾ, ਜਿਵੇਂ ਤੁਸੀਂ ਘਰ ਦਿਖਾਉਂਦੇ ਹੋ, ਸਾਨੂੰ ਐਂ ਲੱਗਦਾ ਹੁੰਦਾ ਅਸੀਂ ਤੁਹਾਡੇ ਨਾਲ ਨਾਲ ਫਿਰ ਕੇ ਘਰ ਦੇਖਦੇ ਹਾਂ। ਪਤਾ ਜੀ, ਇਹ ਇੱਕ ਆਪਣਾ ਉਸ ਇਨਸਾਨ ਦੇ ਨਾਲ ਆਪਣਾ ਲਗਾਅ ਹੋ ਜਾਂਦਾ। ਜਿਵੇਂ ਹੁਣ ਮੈਂ ਤੁਹਾਨੂੰ ਇੱਥੇ ਹੈ ਨਾ ਕੈਮਰਾ ਲਾ ਕੇ ਗੱਲ ਕਰ ਰਹੀ ਹਾਂ, ਮੈਨੂੰ ਪਤਾ ਵੀ ਇੱਥੇ ਕੋਈ ਨਹੀਂ ਹੈਗਾ, ਪਰ ਮੈਂ ਬੋਲ ਰਹੀ ਹਾਂ, ਜਦੋਂ ਮੈਨੂੰ ਐਂ ਲੱਗਦਾ ਤੁਸੀਂ ਹਾਂ ਸਾਹਮਣੇ ਬੈਠੋ ਮੇਰੀ ਗੱਲ ਸੁਣ ਰਹੇ ਹੋਵੋਗੇ, ਮੈਨੂੰ ਥੋੜ੍ਹਾ ਜਿਹਾ ਠੀਕ ਫੀਲ ਹੁੰਦਾ ਫਿਰ ਵੀ ਠੀਕ ਹੈ ਚਲੋ। ਅਤੇ ਬਾਕੀ ਜੀ ਕੰਮ ਧੰਦੇ ਚੱਲਦੇ ਰਹਿਣਗੇ, ਚਰਨਜੀਤ ਲਾ ਰਹੀ ਹੈ ਲੈਸਾਂ ਦੁਪੱਟਿਆਂ ਨੂੰ, ਅਤੇ ਮੈਂ ਆਹ ਸੂਟ ਲਾਉਣ ਦੀ ਵੀਡੀਓ ਵੂਡੀਓ ਬਣਾ ਦਈ ਆਪਾਂ, ਵੀਡੀਓ 'ਤੇ ਕੋਈ ਸੈਟਿੰਗ ਜੀ ਨਹੀਂ ਹੁੰਦੀ, ਕਾਫੀ ਕਸਟਮਰ ਕਹਿ ਦਿੰਦੇ ਨੇ ਤੁਸੀਂ ਪਹਿਲਾਂ ਵਾਂਗੂ ਥੱਲੇ ਬੈਠ ਕੇ ਵੀਡੀਓ ਬਣਾਇਆ ਕਰੋ। ਦੁਪੱਟੇ ਡਾਈ ਡੂਈ ਵਾਸਤੇ ਭੇਜਣੇ, ਉਹ ਡਾਇਰ ਫੋਨ ਨਹੀਂ ਚੱਕਦਾ, ਮੈਂ ਉਹਨੂੰ ਐਂ ਕਹਿਣਾ ਸੀ ਭਾਈ ਉੱਥੇ ਅਸੀਂ ਦੁਪੱਟੇ ਰੱਖ ਦਿੱਤੇ ਨੇ, ਤੂੰ ਸਾਡੇ ਦੁਪੱਟੇ ਡਾਈ ਕਰਕੇ ਦੇ ਦੀ। ਪਤਾ ਨਹੀਂ ਅੱਜ ਕਿੱਥੇ ਬਿਜ਼ੀ ਹੋਇਆ ਪਿਆ, ਮੇਰਾ ਫੋਨ ਹੀ ਨਹੀਂ ਚੱਕ ਰਿਹਾ, 10 ਕਾਲ ਲਾਤੇ, ਪਹਿਲਾਂ ਮੇਰਾ ਟੇਲਰ ਨੇ ਨਹੀਂ ਫੋਨ ਚੱਕਿਆ, ਫਿਰ ਡਾਇਰ ਨੇ ਨਹੀਂ ਫੋਨ ਚੱਕਿਆ, ਫਿਰ ਵਰਕਰ ਨੇ ਨਹੀਂ ਫੋਨ ਚੱਕਿਆ,
ਤੇ ਜਿਹੜੇ ਵਰਕਰ ਹੈਂਡ ਵਾਲੇ ਨੂੰ ਮੈਂ ਕਿਹਾ ਆ ਜਾਓ, ਉਹ ਕਹਿੰਦਾ ਜੀ ਮੇਰੀ ਅਜੇ ਸਿਹਤ ਠੀਕ ਨਹੀਂ, ਮੈਂ 2-3 ਦਿਨ ਆਉਂਦਾ ਨਹੀਂ। ਪਤਾ ਇਹ ਸਾਰੀਆਂ ਚੀਜ਼ਾਂ ਦਾ ਨਾ ਮੈਨੂੰ ਉਹ ਹੋ ਗਿਆ, ਪ੍ਰੈਸ਼ਰ ਜਿਹਾ ਪੈ ਗਿਆ ਮੇਰੇ 'ਤੇ ਵੀ ਕੋਈ ਮੇਰੀ ਗੱਲ ਹੀ ਨਹੀਂ ਸੁਣ ਰਿਹਾ। ਮੈਂ ਸਾਰਿਆਂ ਨੂੰ ਫੋਨ ਕਰੀ ਹੈ ਨਾ, ਸਾਰਿਆਂ ਦੇ ਫਿਰ ਬੈਕ ਕਾਲ ਆ ਗਏ ਵੀ ਅਸੀਂ ਬੀਜੀ ਸੀ ਜਾਂ ਬੀਜੀ ਸੀ, ਉਂਝ ਵੀ ਅਜੇ ਜੁਮਾ ਸੀ, ਜੁਮੇ ਕਰਕੇ ਨਾ ਇਹਨੂੰ ਆਵਾਜ਼ ਦੇ ਲਈ ਚਲੇ ਜਾਂਦੇ ਨੇ। ਬਸ ਫਿਰ ਮੈਨੂੰ ਐਂ ਹੋ ਜਾਂਦਾ ਹੈ ਨਾ, ਕਸਟਮਰ ਮੈਨੂੰ ਪ੍ਰੈਸ਼ਰ ਕਰਦਾ ਜੀ ਆਹ ਦਿਓ ਸੂਟ ਨਹੀਂ ਦਿੱਤੇ, ਲੇਟ ਹੋ ਗਏ। ਮੈਂ ਵਰਕਰਾਂ 'ਤੇ ਸੁੱਟ ਦਿੰਦੀ ਹਾਂ ਬੋਝ, ਕਦੇ ਡਾਇਰ ਆ 'ਤੇ ਵਿਆਹ ਨਹੀਂ ਕਰਿਆ, ਵਰਕਰਾਂ ਨਹੀਂ ਕਰਿਆ, ਟੇਲਰ 'ਤੇ ਨਹੀਂ ਕਰਿਆ, ਬਸ ਐਂ ਚੱਲੀ ਜਾਂਦਾ। ਤੁਸੀਂ ਮੇਰੇ 'ਤੇ ਕਲਾਇੰਟ ਮੇਰੇ 'ਤੇ ਰੋਹ ਮਾਰ ਦਿੰਦੇ ਨੇ, ਮੈਂ ਵਰਕਰਾਂ 'ਤੇ ਰੋਹ ਮਾਰ ਦਿੰਦੀ ਹਾਂ ਜੀ, ਜ਼ਿੰਦਗੀ ਲੰਘ ਜੂ। ਹੋਰ ਦੱਸੋ, ਚਲੋ ਤਾਂ ਛੱਡੋ ਸਾਰੇ ਗੱਲਾਂ ਬਾਤਾਂ, ਮੌਸਮ ਕਿਵੇਂ ਰਿਹਾ ਤੁਹਾਡੇ ਵੱਲ? ਅੱਜ ਸਵੇਰ ਬਹੁਤ ਜ਼ਿਆਦਾ ਗਰਮੀ ਰਹੀ, ਪਰ ਹੁਣ ਮੌਸਮ ਥੋੜ੍ਹਾ ਜਿਹਾ ਠੰਡਾ ਲੱਗਦਾ ਹੈਗਾ, ਬੱਦਲਵਾਈ ਬਣੀ ਹੋਈ, ਹਲਕੀ ਹਲਕੀ ਹਵਾ ਚੱਲਦੀ ਆ, ਅਤੇ ਮਿਸਤਰੀਆਂ ਨੇ ਆਪਣਾ ਕੰਮ ਹੈ ਜਿਹੜਾ ਸ਼ੁਰੂ ਕਰ ਦਿੱਤਾ। ਮੈਨੂੰ ਇੱਕ ਇਹ ਵੀ ਕੁਐਂਟ ਹੁੰਦਾ, ਤੁਸੀਂ ਅੱਖਾਂ ਬਹੁਤ ਮਸਲਦੇ ਹੋ ਮੇਰੀਆਂ, ਗਰਮੀ 'ਚ ਆ ਕੇ ਅੱਖਾਂ ਡਰਾਈ ਹੋ ਜਾਂਦੀਆਂ ਨੇ, ਦੋਨਾਂ ਅੱਖਾਂ 'ਤੇ ਕੋਇਆਂ 'ਚ ਨਾ ਬਾਹਰੀ ਬਹੁਤ ਜ਼ਿਆਦਾ ਖਾਜ ਲੜਦੇ, ਫਿਰ ਐਂ ਲੱਗਦਾ ਵੀ ਖਾਜ ਕਰ ਦੂ, ਪਤਾ ਨਹੀਂ ਕਿਉਂ ਡਰਾਈ ਹੁੰਦੇ ਨੇ, ਇੰਨਾ ਪਾਣੀ ਪੀਂਦੇ ਆ ਕਿ ਡਰਾਈਨੈਸ ਜੀ ਹੋ ਜਾਂਦੀ ਹੈ, ਦਵਾਈ ਦਵੂਈ ਪਾਉਣ ਦੀ ਮੈਂ ਘੋਲ ਕਰ ਲੈਂਦੀ ਹਾਂ। ਅੱਗੇ ਗਰਮੀਆਂ ਦੇ ਵਿੱਚ ਜਦੋਂ ਆਪਾਂ ਛੋਟੇ ਹੁੰਦੇ ਸੀ, ਉਹ ਮਿਲਦੇ ਹੁੰਦੇ ਦੁਕਾਨਾਂ ਤੋਂ ਵੀ ਮਿਲਦੇ ਹੁੰਦੇ, ਕੀ ਕਹਿੰਦੇ ਨੇ ਉਹਨੂੰ, ਕੈਪਸੂਲ ਜੇ, ਚਿਪਚਿਪੇ ਜੇ, ਉਹ ਮੈਨੂੰ ਲੱਗਦਾ ਹੁਣ ਡਿਸਪੈਂਸਰੀਆਂ 'ਚੋਂ ਵੀ ਮਿਲਦੇ ਨੇ, ਚਿੱਟੇ ਜੇ ਕੈਪਸੂਲ ਹੁੰਦੇ, ਉਹ ਪਾ ਲੈਂਦੇ ਅੱਖਾਂ ਠੀਕ ਹੋ ਜਾਂਦੀਆਂ ਉਹਦੇ ਨਾਲ। ਲਓ ਜੀ, ਆਪਾਂ ਪਹੁੰਚ ਚੁੱਕੇ ਹਾਂ ਕਿਚਨ ਦੇ ਵਿੱਚ, ਆਪਾਂ ਕਰਦੇ ਹਾਂ ਦੁਪਹਿਰ ਦੀ ਸਬਜ਼ੀ ਰੋਟੀ ਦੀ ਤਿਆਰੀ। ਅੱਜ ਕੋਈ ਵੀ ਸਬਜ਼ੀ ਨਹੀਂ ਹੈਗੀ, ਇਸ ਕਰਕੇ ਬਣੂੰਗੀ ਜੀ ਕੜੀ, ਅਤੇ ਕਿਉਂਕਿ ਦੋ ਆਪਣੇ ਜਿਹੜੇ ਪਲੰਬਿੰਗ ਵਾਲੇ ਵੀਰ ਨੇ, ਉਹਨਾਂ ਨੇ ਦੁਪਹਿਰ ਦੀ ਰੋਟੀ ਆਪਣੀ ਵੱਲ, ਉਹਨਾਂ ਦੀ ਆਪਣੀ ਵੱਲ ਕਿਵੇਂ ਰੱਖੇ, ਦੁਪਹਿਰ ਦੀ ਰੋਟੀ ਖਾਣਗੇ। ਚਲੋ ਜੀ, ਕੜਾਹੀ ਆਪਾਂ ਰੱਖ ਦਿੱਤੀ ਹੈ, ਅਤੇ ਆਪਾਂ ਪਾਉਂਦੇ ਹਾਂ ਜੀ ਸਰੋਂ ਦਾ ਤੇਲ, ਅਤੇ ਪਹਿਲਾਂ ਆਪਾਂ ਕਰ ਲੈਣਾ ਥੋੜ੍ਹਾ ਜਿਹਾ ਗੈਸ ਸਾਫ਼। ਇਹ ਸਾਡਾ ਜਿਹੜਾ ਚਾਹ ਵਾਲਾ, ਕੀ ਬੋਲਦੇ ਉਹਨੂੰ, ਅਸੀਂ ਡੱਬੂਆ ਬੋਲਦੇ ਹਾਂ, ਤੁਸੀਂ ਕੀ ਬੋਲਦੇ ਦੱਸਿਓ, ਜਿਹੜਾ ਚਾਹ ਵਾਲਾ ਡੱਬੂ ਹੈ ਜੀ, ਉਹਦੇ ਵਿੱਚ ਨਾ ਜਦੋਂ ਉਹ ਜ਼ਿਆਦਾ ਫੁੱਲ ਹੋ ਜਾਂਦਾ, ਜਿੱਥੋਂ ਉਹਨੂੰ ਨਾ ਹੈਂਡਲ ਲੱਗਿਆ ਹੁੰਦਾ ਨਾ ਉਹਦੇ, ਉਸ ਜਗ੍ਹਾ ਤੋਂ ਨਾ ਇਹ ਉੱਥੇ ਤੱਕ ਜਦੋਂ ਉੱਪਰ ਤਰ ਚਲਿਆ ਜਾਂਦਾ, ਉੱਥੋਂ ਇੱਕ ਇੱਕ ਤੁਪਕਾ ਨਾ ਜਿਹੜਾ ਚਾਹ ਦਾ ਡਿੱਗਦਾ ਰਹਿੰਦਾ, ਪਤਾ ਨਹੀਂ ਕੀ ਚੱਕਰ ਹੈ। ਉਂਝ ਬਹੁਤ ਵਧੀਆ ਪਿਆ ਸਾਰਾ ਉਹ ਡੱਬੂ ਹੈ ਜਿਹੜਾ, ਪਰ ਉੱਥੋਂ ਤੁਪਕਾ ਤੁਪਕਾ ਚਾਹ ਦਾ ਡਿੱਗਦਾ, ਚਾਹ ਦੁੱਧ ਕੁਛ ਵੀ ਜਦੋਂ ਉਬਾਲ ਦਿਆਂਗੇ ਉਹ ਗੈਸ ਦੇ ਉੱਪਰ ਪੈ ਜਾਂਦਾ। ਹੁਣ ਜਿਵੇਂ ਨਾ ਗੈਸ ਸਾਫ਼ ਕਰ ਦਈਏ, ਦੁਬਾਰਾ ਫਿਰ ਇਹਨੇ ਮੱਚ ਜਾਣਾ ਸੀ। ਲਓ ਜੀ, ਕੜਾਹੀ ਰੱਖ ਕੇ ਆਪਾਂ ਇਹਦੇ ਵਿੱਚ ਪਾ ਲਿਆ ਜੀ ਸਰੋਂ ਦਾ ਤੇਲ, ਅਤੇ ਆਪਾਂ ਕਰ ਲਈ ਹੈ ਤਿਆਰੀ ਇਹਦੀ, ਕੀ ਕਿਹਾ, ਕੜੀ ਦੀ, ਕੜੀ ਦੀ ਆਪਾਂ ਕਰ ਲਈ ਹੈ ਜੀ ਤਿਆਰੀ, ਅਤੇ ਨਾਲ ਹੀ ਬੇਸਣ ਕੱਢ ਕੇ ਆਪਾਂ ਦਹੀਂ ਪਾ ਕੇ ਉਹਦਾ ਆਪਾਂ ਘੋਲ ਬਣਾ ਲੈਂਦੇ ਹਾਂ। ਜਦ ਤੱਕ ਦੇ ਆਪਾਂ ਆਪਣਾ ਜਿਹੜਾ ਤੇਲ ਹੈ ਗਰਮ ਹੋ ਜੂਗਾ, ਟਾਈਮ ਦੀ ਆਪਾਂ ਬੱਚਤ ਕਰਾਂਗੇ, ਕਿਉਂਕਿ ਜੇ ਆਪਾਂ ਇਕੱਲੇ ਇਕੱਲੇ ਕੰਮ 'ਤੇ ਟਾਈਮ ਖਰਾਬ ਕਰਦੇ ਹਾਂ, ਬਹੁਤ ਟਾਈਮ ਖਰਾਬ ਹੋ ਜਾਂਦਾ। ਠੀਕ ਹੈ, ਲਓ ਜੀ, ਘਿਓ ਆਪਾਂ ਖਾਣਾ ਸੀ ਜਿਹੜਾ ਗਰਮ ਹੋ ਗਿਆ, ਉਹਦੇ ਵਿੱਚ ਆਪਾਂ ਪਾਇਆ ਜੀਰਾ, ਫਿਰ ਪਾਈ ਹਰੀ ਮਿਰਚ, ਫਿਰ ਪਾਇਆ ਜੀ ਪਿਆਜ਼, ਅਤੇ ਥੋੜ੍ਹਾ ਜਿਹਾ ਇਗਨੋਰ ਕਰਿਓ ਜੀ, ਪੱਖੀ ਚੱਲ ਰਹੀ ਸੀ, ਇਸ ਕਰਕੇ ਮੈਂ ਆਵਾਜ਼ ਆ ਜਿਹੜੀ ਇਹਦੀ ਬੰਦ ਕਰ ਦਿੱਤੀ ਹੈ। ਅਤੇ ਨਾਲ ਹੁੰਦੇ ਆਪਾਂ ਹੁਣ ਜਿੱਦਾਂ ਟਾਈਮ 'ਚ ਆਪਣਾ ਇਹ ਪਿਆਜ਼ ਭੁੰਨੇ ਜਾਣਗੇ,
ਉਨਾ ਟਾਈਮ ਦੇ ਵਿੱਚ ਆਪਾਂ ਆਟਾ ਗੁੰਨ ਲੈਂਦੇ ਹਾਂ ਜੀ। ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਟਾਈਮ ਨਾ ਆਪਾਂ ਖਰਾਬ ਨਹੀਂ ਕਰਦੇ, ਟਾਈਮ ਖਰਾਬ ਵੀ ਆਪਾਂ ਸਿਆਲ 'ਚ ਕਰ ਸਕਦੇ ਹਾਂ, ਗਰਮੀ ਦੇ ਵਿੱਚ ਇੱਥੇ ਦੌਰਾ ਪੈ ਜੂ ਜੇ ਟਾਈਮ ਖਰਾਬ ਕਰਨ ਲੱਗ ਜੀ, ਉਦੋਂ ਬਸ ਐਂ ਹੁੰਦਾ ਵੀ ਜਿੰਨਾ ਕੰਮ ਫਟਾਫਟ ਕਰਕੇ ਰਸੋਈ 'ਚੋਂ ਜਲਦੀ ਨਿਕਲ ਜਾਈਏ ਕਿਉਂਕਿ ਗਰਮੀ ਬਹੁਤ ਹੈ। ਬਾਹਰ ਮੌਸਮ ਠੰਡਾ ਪਰ ਰਸੋਈ ਦੇ ਵਿੱਚ ਜ਼ਿਆਦਾ ਗਰਮੀ ਆ, ਕਿਉਂਕਿ ਜੀ ਕਿਸੇ ਪਾਸੋਂ ਹਵਾ ਨਹੀਂ ਲੱਗਦੀ, ਜਿੱਧਰਲੇ ਪਾਸੋਂ ਵਿੰਡੋ ਖੁੱਲ੍ਹਦੀ ਆ ਉਧਰਲੇ ਪਾਸੇ ਉਂਝ ਹਵਾ ਨਹੀਂ ਆਉਂਦੀ, ਜਿੱਧਰਲੇ ਪਾਸੋਂ ਹਵਾ ਆਉਂਦੀ ਆ ਉਧਰਲੇ ਪਾਸੇ ਕੋਈ ਵਿੰਡੋ ਨਹੀਂ ਹੈਗੀ। ਠੀਕ ਹੈ, ਲਓ ਜੀ ਆਪਾਂ ਛਾਣ ਲੈਂਦੇ ਹਾਂ ਆਟਾ, ਅਤੇ ਆਪਣੇ ਪਿਆਜ਼ ਦਾ ਜਦ ਤੱਕ ਬਰਾਊਨ ਹੋਣਗੇ ਉਨਾ ਟਾਈਮ 'ਚ ਆਪਾਂ ਆਟਾ ਤਿਆਰ ਲਾ ਤਿਆਰ ਕਰ ਲੈਂਦੇ ਹਾਂ, ਆਟਾ ਲਾ ਲੈਂਦੇ ਹਾਂ। ਲਓ ਜੀ ਆਟਾ ਗੁੰਦੇ ਗੁੰਦੇ ਆਪਣੇ ਹੋ ਗਏ ਨੇ ਜੀ ਪਿਆਜ਼ ਤਿਆਰ। ਆਪਾਂ ਅੱਜ ਪਾਵਾਂਗੇ ਜੀ ਲੂਣ ਐਂਡ ਹਲਦੀ, ਅਤੇ ਨਾਲ ਪਾਵਾਂਗੇ ਚਾਟ ਮਸਾਲਾ। ਹਰੀ ਮਿਰਚ ਮੈਂ ਕਾਫੀ ਪਾ ਦਿੱਤੀ ਹੈ ਇਸ ਕਰਕੇ ਲਾਲ ਮਿਰਚ ਥੋੜ੍ਹੀ ਪਾਈ ਹੈ, ਅਤੇ ਨਾਲ ਆਪਾਂ ਕਾਲੀ ਮਿਰਚ ਵੀ ਪਾਵਾਂਗੇ। ਆਪਣੇ ਕੋਲ ਟਮਾਟਰ ਨਹੀਂ ਹੈਗਾ ਜੀ ਇਸ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਚਾਟ ਮਸਾਲਾ, ਤਾਂ ਕਿ ਥੋੜ੍ਹਾ ਜਿਹਾ ਉਹ ਖੱਟਾ ਪੰਜਾ ਆ ਸਕੇ ਹੈ ਨਾ ਕੜੀ ਦੇ ਵਿੱਚ, ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਜੀ ਤਾਂ ਕਿ ਇੱਥੇ ਧਾਂਸ ਨਾ ਚੜ੍ਹੇ, ਨਾਲ ਹੁੰਦੇ ਆਪਾਂ ਜਿਹੜਾ ਮਿਕਸਚਰ ਤਿਆਰ ਕਰਿਆ ਉਹ ਪਾ ਦਿੰਦੇ ਹਾਂ। ਲਓ ਜੀ ਕੜੀ ਬਣਨ ਵਾਸਤੇ ਰੱਖ ਦਿੱਤੀ ਹੈ, ਅਤੇ ਉਨੇ ਟਾਈਮ ਦੇ ਵਿੱਚ ਮੈਂ ਕਰ ਲੈਂਦੀ ਹਾਂ ਬਰਤਨ ਸਾਫ਼, ਤਾਂ ਕਿ ਆਪਣਾ ਕੰਮ ਹੈ ਜਿਹੜਾ ਇਕੱਠਾ ਨਾ ਹੋਵੇ। ਫਿਰ ਰੋਟੀ ਬਣਾਵਾਂਗੇ, ਰੋਟੀ ਬਣਾਉਣ ਤੋਂ ਬਾਅਦ ਨਾਲ ਦੀ ਨਾਲ ਚਾਹ ਜੀ, ਫਿਰ ਚਾਹ ਦੇ ਬਰਤਨ, ਇਸ ਕਰਕੇ ਜਿੰਨੇ ਜਿੰਨੇ ਕੁ ਆਪਾਂ ਨਾਲ ਹੁੰਦੇ ਸਾਫ਼ ਕਰ ਸਕਦੇ ਹਾਂ ਕਰ ਲਈਏ ਹੈ ਨਾ। ਅਤੇ ਬਾਕੀ ਇਸ ਤਰ੍ਹਾਂ ਵੀ ਆਪਾਂ ਕੜੀ ਛੱਡ ਕੇ ਬਾਹਰ ਵੀ ਨਹੀਂ ਜਾ ਸਕਦੇ ਹੁੰਦੇ, ਉਨੇ ਟਾਈਮ ਵਿੱਚ ਆਪਾਂ ਬਰਤਨ ਸਾਫ਼ ਕਰ ਲੈਂਦੇ ਹਾਂ ਵੀ ਗਰਮੀ 'ਚ ਉਂਝ ਵਿਹਲੇ ਵੀ ਖੜਾਂਗੇ, ਅਤੇ ਆਪਾਂ ਬਰਤਨ ਸਾਫ਼ ਵੀ ਕਰ ਲਈਏ। ਠੀਕ ਹੈ, ਲਓ ਜੀ ਆਪਾਂ ਥੋੜ੍ਹੀ ਦੇਰ 'ਚ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਲਓ ਜੀ ਰੋਟੀ ਆਪਣੀ ਬਣ ਗਈ ਹੈ।
ਕੱਪੜੇ ਭਿੱਜੇ ਗਏ ਸਾਰੇ ਗਰਮ। ਚਾਹ ਮੈਂ ਦੇਖ ਰਹੀ ਹਾਂ, ਦੋ ਭਾਈ ਤਾਂ ਰੋਟੀ ਖਾ ਕੇ ਵੱਗ ਗਏ, ਤੈਨੂੰ ਮੁੜ ਕੇ ਆਉਣਗੇ ਪੜਾਈਆਂ। ਮਾਸਟਰ ਜੀ ਹੋਰੇ ਵੀ ਨਹੀਂ ਆ ਜਾਂਦੇ, ਤਾਂ ਫਿਰ ਕਹਿੰਦਾ ਤਾਂ ਵੀ ਚਾਹ ਜਦੋਂ ਆ ਗਏ। ਚਲੋ ਠੀਕ ਹੈ ਜੀ, ਆਪਾਂ ਕਰ ਦਿੰਦੇ ਹਾਂ ਰਸੋਈ ਸਾਫ਼, ਅਤੇ ਰਸੋਈ ਸਾਫ਼ ਕਰਕੇ ਮੈਂ ਥੋੜ੍ਹਾ ਟਾਈਮ ਆਪਣਾ ਪਸੀਨਾ ਸੁਕਾਉਂਦੀ ਹਾਂ, ਅਤੇ ਫਿਰ ਉਹਨਾਂ ਨੂੰ ਉਡੀਕ ਕੇ ਰੋਟੀ ਫੜਾ ਕੇ ਫਿਰ ਪਿੱਛੇ ਆਪਾਂ ਕਰਦੇ ਹਾਂ ਚਾਹ। ਅਤੇ ਇਹਨਾਂ ਕੰਮਾਂ ਦਾ ਕਦੇ ਵੀ ਐਂਡ ਨਹੀਂ ਹੁੰਦਾ, ਅਤੇ ਚਾਹੇ ਗਰਮੀ ਹੈ ਚਾਹੇ ਸਰਦੀ ਹੈ ਜੀ, ਔਰਤਾਂ ਨੂੰ ਰਸੋਈ ਦਾ ਕੰਮ ਕਰਨਾ ਹੀ ਪਊਗਾ, ਹਰ ਹਾਲਤ 'ਚ ਕਰਨਾ ਪਊਗਾ। ਅਤੇ ਵਧੀਆ ਵੀ ਲੱਗਦਾ ਹੈ ਨਾ, ਕੁਛ ਨਹੀਂ ਹੁੰਦਾ ਜੀ, ਥੋੜ੍ਹਾ ਟਾਈਮ ਪਸੀਨਾ ਆ ਜਾਂਦਾ ਆਪੀਏ ਆਪਾਂ ਠੰਡੇ ਹੋ ਜਾਂਦੇ ਹਾਂਗੇ, ਅਤੇ ਬਾਕੀ ਆਪਾਂ ਕੰਮ ਕਰਨੀ ਪੈਣਗੇ। ਜਦੋਂ ਆਪਾਂ ਨੂੰ ਕਹਿੰਦੇ ਹੁੰਦੇ ਗਲ ਪਏ ਢੋਲ ਵਜਾਉਣਾ ਪੈਂਦਾ, ਢਿੱਡ ਖਾਣ ਨੂੰ ਮੰਗਦਾ ਤਿੰਨੇ ਟਾਈਮ, ਚਾਹੇ ਗਰਮੀ ਹੈ ਚਾਹੇ ਸਰਦੀ ਹੈ, ਠੀਕ ਹੈ। ਇਹ ਕੰਮਾਂ ਦਾ ਕਦੇ ਵੀ ਐਂਡ ਨਹੀਂ ਹੋ ਸਕਦਾ। ਹੁਣ ਆਪਾਂ ਸਾਰਾ ਕੰਮ ਕਰਤਾ, ਰਸੋਈ ਸਾਫ਼ ਕਰਤੀ, ਫਿਰ 4 ਵਜੇ ਚਾਹ ਅਤੇ ਆਥਣ ਦੀ ਫਿਰ ਰੋਟੀ ਚੱਲ ਪਊਗੀ। ਚਲੋ ਠੀਕ ਹੈ ਜੀ, ਅੱਜ ਦਾ ਵਲੋਗ ਐਂਡ ਦਾ ਐਂਡ ਇੱਥੇ ਕਰਦੇ ਹਾਂ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।